ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਇੱਕ ਇੰਟਰਵਿਊ ਜਿਹੜੀ ਬੜੀ ਚਰਚਾ ਦਾ ਵਿਸ਼ਾ ਬਣੀ ਹੈ, ਲੋਰੈਂਸ ਬਿਸ਼ਨੋਈ ਦੀ, ਇੱਕ ਬਹੁਤ ਡ੍ਰੇਡਿਡ ਗੈਂਗਸਟਰ, ਵੱਡੇ ਆਮ ਸਪਲਾਇਰ ਪਾਕਿਸਤਾਨ ਦੇ ਨਾਲ ਗੱਲ ਹੋ ਰਹੀ ਹੈ। ਔਰ ਈਦ ਜਿਹੜੀ ਕੱਲ੍ਹ ਨਿਕਲੀ ਹੈ, ਪਰਸੋਂ ਈਦ ਦਾ ਦਿਨ ਸੀ, ਉਸ ਦੀ ਵਧਾਈ ਦੇ ਰਿਹਾ। ਸੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜੇਲ੍ਹ 'ਚੋਂ ਬੈਠਿਆ ਉਹ ਜਿਹੜੀ ਵੀਡੀਓ ਹੈ ਬੜੀ ਤਾਜ਼ੀ ਹੈ, ਫਰੈਸ਼ ਹੈ, ਮਗਰ ਅਫਸੋਸ ਦੀ ਗੱਲ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਕੱਲਾ ਇਸ ਇੰਸੀਡੈਂਟ ਨੂੰ ਨਹੀਂ, ਇਹ ਪਿਛਲੇ ਲੰਬੇ ਸਮੇਂ 'ਚੋਂ 2-2.5 ਸਾਲ ਤੋਂ ਇਹ ਕੰਮ ਚੱਲ ਰਿਹਾ, ਔਰ ਉਸ ਦਿਨ ਤੋਂ ਤਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਜਦੋਂ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ। ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਮਰਡਰ ਹੋਣਾ, ਉਸ ਵੇਲੇ ਲੋਰੈਂਸ ਬਿਸ਼ਨੋਈ ਦਿੱਲੀ ਦੀ ਜੇਲ੍ਹ 'ਚ ਸੀ, ਤਿਹਾੜ ਜੇਲ੍ਹ 'ਚ ਸੀ, ਜਿਹਦਾ ਸਾਰਾ ਹੀ ਪ੍ਰਬੰਧ ਆਮ ਆਦਮੀ ਪਾਰਟੀ ਕੇਜਰੀਵਾਲ ਸਰਕਾਰ ਦੇ ਥੱਲੇ ਚੱਲਦਾ, ਔਰ ਸਭ ਇਸ ਗੱਲ ਨੂੰ ਜਾਣਦੇ। ਫਿਰ ਉਸ ਨੂੰ ਪੰਜਾਬ ਦੀ ਜੇਲ੍ਹਾਂ 'ਚ ਲਿਆਇਆ ਜਾਂਦਾ, ਪੰਜਾਬ ਦੀ ਜੇਲ੍ਹ 'ਚੋਂ ਉਹਦੀ ਇੱਕ ਬਹੁਤ ਹੀ ਸੀਨੀਅਰ ਜਰਨਲਿਸਟ, ਔਰ ਉਸ ਜੇਲ੍ਹ ਤੋਂ ਬਠਿੰਡੇ ਜੇਲ੍ਹ ਤੋਂ ਇੰਟਰਵਿਊ ਹੁੰਦੀ ਹੈ ਜਿੱਥੇ ਕਹਿੰਦੇ ਕਿ ਕੋਈ ਫੋਨ ਕੀ ਕੋਈ ਚਿੜੀ ਨਹੀਂ ਫੜਕ ਸਕਦੀ। ਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਜੇਲ੍ਹਾਂ ਤੋਂ ਬੈਠਿਆਂ ਕ੍ਰਾਈਮ ਸਿੰਡੀਕੇਟ ਕਿਵੇਂ ਚੱਲ ਰਿਹਾ। ਔਰ ਅਫਸੋਸ ਦੀ ਗੱਲ ਇਹ ਕਿ ਜੇਲ੍ਹ 'ਚੋਂ ਬੈਠਿਆਂ ਸਲਮਾਨ ਖਾਨ ਦੇ ਘਰ ਫਾਇਰਿੰਗ ਹੋ ਜਾਂਦੀ ਹੈ, ਮਗਰ ਸਾਧ ਸੰਗਤ ਜੀ, ਦਿਸ ਇਜ਼ ਨੋਟ ਦਾ ਵਰਿੰਗ ਇਸ਼ੂ ਅਲੋਨ, ਇਹ ਤਾਂ ਉਹ ਕੇਸ ਹੋਏ ਜਿਹੜੇ ਹਾਈਲਾਈਟ ਹੋਏ, ਮਗਰ ਰੋਜ਼ ਦੀ ਗਿਣਤੀ 'ਚ ਰੋਜ਼ ਕੋਈ ਬਿਜ਼ਨਸਮੈਨ ਹੈ, ਕੋਈ ਨਾਮੀ ਡਾਕਟਰ ਹੈ, ਕੋਈ ਦੁਕਾਨਦਾਰ ਹੈ, ਕੋਈ ਐਗਰੀਕਲਚਰਿਸਟ ਹੈ, ਕੋਈ ਪ੍ਰੋਪਰਟੀ ਡਿਵੈਲਪਰ ਹੈ, ਕੋਈ ਪ੍ਰੋਪਰਟੀ ਰੀਐਲਟਰ ਹੈ, ਹਰੇਕ ਨੂੰ ਹਜ਼ਾਰਾਂ ਦੇ ਕਰੋੜ ਦੀ ਫਰੌਤੀਆਂ ਆ ਰਹੀਆਂ ਔਰ ਟਾਰਗੇਟਿਡ ਕਿਲਿੰਗ ਚੱਲ ਰਹੀਆਂ। ਪਰਸੋਂ ਦੀ ਗੱਲ ਹੈ, ਅਖਬਾਰ 'ਚ ਫਰੰਟ ਪੇਜ ਦੀ ਖਬਰ ਸੀ ਕਿ ਲਖਵੀਰ ਲੰਡਾ ਨੇ ਕਰੋੜ ਰੁਪਈਆ ਤਰਨ ਤਾਰਨ ਦੇ ਇੱਕ ਬਿਜ਼ਨਸਮੈਨ ਤੋਂ ਮੰਗਿਆ। ਹਾਲਾਤ ਇਹ ਬਣ ਗਏ ਹੈ ਕਿ ਪੰਜਾਬ ਦੇ ਇੰਡਸਟਰੀਅਲਿਸਟ ਪੰਜਾਬ ਛੱਡ ਛੱਡ ਭੱਜ ਰਹੇ ਆ, ਭਗਵੰਤ ਮਾਨ ਸਾਹਿਬ ਸੁੱਤੇ ਪਏ ਆ। ਜੇਲ੍ਹਾਂ 'ਚੋਂ 43,000 ਕੌਲਾਂ, ਆਹ ਹਾਈਕੋਰਟ ਦੀ ਆਬਜ਼ਰਵੇਸ਼ਨ ਹੈ, 43,000 ਕੌਲ ਮੇਡ ਫਰੋਮ ਜੇਲ੍ਹ। ਜੇਲ੍ਹ ਮਿਨਿਸਟਰ ਕੌਣ? ਭਗਵੰਤ ਮਾਨ। ਹੋਮ ਮਿਨਿਸਟਰ ਕੌਣ? ਭਗਵੰਤ ਮਾਨ, ਮਗਰ ਸੁੱਤੇ ਪਏ ਆ। ਅੱਜ ਪੰਜਾਬ ਦੇ ਇੱਕ ਬਾਰਡਰ ਸਟੇਟ ਹੈ ਵਿਦ ਪਾਕਿਸਤਾਨ, ਔਰ ਸਾਰੇ ਕਹਿੰਦੇ ਸਿੱਧੂ ਮੂਸੇਵਾਲੇ ਦੇ ਕੇਸ 'ਚ ਜਾਂ ਹੋਰ ਕ੍ਰਾਈਮ 'ਚ ਐਡੇ ਸੋਫਿਸਟੀਕੇਟਡ ਵੈਪਨਸ ਯੂਜ਼ ਹੋਏ ਹੈ ਜਿਹੜੇ ਪਾਕਿਸਤਾਨ ਤੋਂ ਲਿਆਏ ਗਏ ਆ। ਭਾਈ ਸਾਹਿਬ, ਤੁਸੀਂ ਜਾਗੋਗੇ ਕਦ? ਅੱਜ ਪੰਜਾਬ ਦੀ ਇੰਡਸਟਰੀ ਪੰਜਾਬ ਛੱਡ ਕੇ ਭੱਜ ਰਹੀ ਹੈ, ਬਿਕੋਜ਼ ਇੰਨੀ ਲੋਲੈਸਨੈਸ ਹੈ, ਲੋਅ ਐਂਡ ਆਰਡਰ ਦਾ ਕੋਲੈਪਸ ਹੈ। ਇਹ ਇਕੱਲਾ ਪੰਜਾਬ ਦੀ ਵਰੀ ਨਹੀਂ, ਇਹ ਬਾਰਡਰ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ ਹੁਣ ਕੰਸਰਨ ਬਣਦਾ ਜਾ ਰਿਹਾ ਹੈ ਕਿ ਭਾਈ ਜੇ ਸ਼ਰੇਆਮ ਇੰਨੀਆਂ ਗੱਲਾਂ ਚੱਲ ਰਹੀਆਂ ਨੇ ਅਤੇ ਇੱਕ ਸਲਮਾਨ ਖਾਨ ਨੂੰ ਤਾਂ ਬਚਾ ਲਉਂਗੇ, ਮਗਰ ਕਿੰਨੇ ਮਾਵਾਂ ਦੇ ਪੁੱਤ ਮਰਵਾ ਦਿਓਗੇ? ਇਸ ਲਈ ਅੱਜ ਇਟ ਡਿਮਾਂਡਸ ਅ ਸੀਰੀਅਸ ਐਕਸ਼ਨ, ਔਰ ਸੀਰੀਅਸ ਇਹਦਾ ਕੋਈ ਬਹੁਤ ਵੱਡੇ ਪੱਧਰ 'ਤੇ ਕਾਰਵਾਈ ਹੋਵੇ, ਔਰ ਜੋ ਕੋਲੈਪਸ ਲੋਅ ਐਂਡ ਆਰਡਰ ਦਾ ਪੰਜਾਬ 'ਚ ਜਾਂ ਹੋਰ ਅੱਜ ਹੋ ਰਿਹਾ, ਅੱਜ ਜੋ ਇੰਟਰਵਿਊ ਆਈ ਹੈ, ਇਹ ਬੜਾ ਚਿੰਤਾ ਦਾ ਵਿਸ਼ਾ। ਆ ਭਗਵੰਤ ਮਾਨ ਦੇ ਨਾਲ ਰਹਿਣ ਵਾਲੇ ਸੱਜੇ ਖੱਬੇ, ਉਮੰਗ ਜਿੰਦਲ ਹੋਮਲੈਂਡ ਡਿਵੈਲਪਰ, ਉਹਨੂੰ ਸਿਕਿਉਰਿਟੀ ਦਿੱਤੀ ਹੈ ਸਾਰਾ ਦਿਨ, ਤਾਂ ਉਹ ਭਗਵੰਤ ਮਾਨ ਨਾਲ ਵਾਈਨ ਐਂਡ ਡਾਈਨ ਕਰਦੇ ਹੋ, ਤੁਸੀਂ ਭਾਈ ਉਹਨੂੰ ਨਹੀਂ ਸੇਫ ਰੱਖ ਪਾ ਰਹੇ? ਆਮ ਚਰਚਾ ਦਾ ਵਿਸ਼ਾ ਕਿ ਉਹਨੇ ਵੀ ਫਰੌਤੀ ਦੇ ਦਿੱਤੀ ਹੈ। ਅਮਨਦੀਪ ਹੋਸਪਿਟਲ ਹੈ, ਡਾਕਟਰ ਅਵਤਾਰ ਸਿੰਘ ਬੜੇ ਸੀਨੀਅਰ ਡਾਕਟਰ ਨੇ, ਉਹਨਾਂ ਨੇ ਅਖੀਰ 'ਚ ਉਹਨਾਂ ਨੂੰ ਸਿਕਿਉਰਿਟੀ ਦਿੱਤੀ, ਬੁਲੇਟ ਪਰੂਫ ਗੱਡੀਆਂ ਦਿੱਤੀਆਂ, ਮਗਰ ਕਹਿੰਦੇ ਅਖੀਰ 'ਚ ਉਹਨਾਂ ਨੇ ਵੀ ਫਰੌਤੀ ਦੇ ਦਿੱਤੀ ਹੈ।
ਇਹ ਤਾਂ ਮੈਂ ਉਹ ਕੇਸ ਦਾ ਜ਼ਿਕਰ ਕਰ ਰਿਹਾ ਜਿਹੜੇ ਲੋਕਾਂ ਦੇ ਧਿਆਨ 'ਚ ਆਏ ਆ। ਹਜ਼ਾਰਾਂ ਕੇਸ ਇਹੋ ਜਿਹੇ ਹੋਰ ਨੇ, ਅੱਜ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਕਿਉਂਕਿ ਪੰਜਾਬ ਦਾ ਹਾਲ ਕੋਈ ਨਹੀਂ। ਔਰ ਇਹ ਜੇਲ੍ਹਾਂ 'ਚ ਬੈਠੇ ਆ, ਸਿੱਧੂ ਮੂਸੇਵਾਲੇ ਦੇ ਜਿਹੜੇ ਮੇਨ ਚਸ਼ਮਦੀਦ ਗਵਾਹ ਸਨ ਜਾਂ ਜਿਹੜੇ ਉਸ ਕੇਸ 'ਚ ਇਨਵੋਲਵ ਸੀ, ਉਹਨਾਂ ਨੂੰ ਤਾਂ ਜੇਲ੍ਹਾਂ 'ਚ ਮਰਵਾ ਤਾ, ਅਤੇ ਫਿਰ ਕੇਸ ਦਾ ਕੀ ਨਿਕਲੂ? ਜੇ ਲੋਕ ਜੇਲ੍ਹਾਂ 'ਚ ਸੇਫ ਨਹੀਂ, ਜੇ ਲੋਕ ਪੰਜਾਬ 'ਚ ਸੇਫ ਨਹੀਂ, ਤਾਂ ਤੁਸੀਂ ਸਮਝਦੇ ਹੋ ਕਿ ਬਾਰਡਰ ਸਿਕਿਉਰਿਟੀ ਸੇਫ ਹੋਊਗੀ? ਇਸ ਲਈ ਆਈ ਡਿਮਾਂਡ ਅ ਸੀਰੀਅਸ ਹਾਈ ਲੈਵਲ ਇਨਕੁਆਇਰੀ। ਔਰ ਇਹ ਪਿਛਲੀ ਵਾਰੀ ਵੀ ਜੋ ਜੇਲ੍ਹ 'ਚੋਂ ਇੰਟਰਵਿਊ ਹੋਈ ਸੀ ਲਾਰੈਂਸ ਬਿਸ਼ਨੋਈ ਦੀ, ਉਹ FIR ਭਗਵੰਤ ਨੇ ਨਹੀਂ ਦਰਜ ਕੀਤੀ, ਉਹ FIR ਅਖੀਰ 'ਚ ਹਾਈ ਕੋਰਟ ਦੇ ਆਰਡਰਾਂ 'ਤੇ ਦਰਜ ਹੋਈ, ਕਹਿਣ ਦਾ ਭਾਵ ਕਿ ਮਿਲੀ ਭੁਗਤ ਕੀ ਦੀ। ਸੋ ਇਹ ਬੜਾ ਹੀ ਕੰਸਰਨਿੰਗ ਮੁੱਦਾ ਹੈ, ਔਰ ਮੈਂ ਚਾਹੂੰਗਾ ਕਿ ਇਹਨੂੰ ਇਮੀਡੀਏਟਲੀ ਐਡਰੈਸ ਕੀਤਾ ਜਾਵੇ, ਕਿਉਂਕਿ ਇਹ ਪੰਜਾਬ ਦੀ ਇਕੋਨਮੀ ਨੂੰ, ਪੰਜਾਬ ਦੀ ਇੰਡਸਟਰੀ ਨੂੰ, ਪੰਜਾਬ ਦੀ ਭਾਈਚਾਰਕ ਸਾਂਝ ਨੂੰ, ਇਹ ਬਹੁਤ ਵੱਡਾ, ਪੰਜਾਬ ਦੀ ਬਾਰਡਰ ਸਿਕਿਉਰਿਟੀ ਨੂੰ ਬਹੁਤ ਵੱਡਾ ਖਤਰਾ ਇਹ ਸਾਬਤ ਹੋ ਰਹੀ ਹੈ। ਔਰ ਜ਼ਰੂਰ ਕਹੂੰਗਾ ਕਿ ਇਹ 'ਤੇ ਧਿਆਨ ਦਿਉਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।